ਮੋਦੀ ਦੀ ਤਕਰੀਰ ਸੁਣ ਕੇ ਮੈਨੂੰ ਯਕੀਨ ਹੋ ਗਿਆ ਉਹਨੂੰ ਗੁੜ ਦੀ ਕਿਸੇ ਖਾਜਾ ਸਰਾਹ ਨੇ ਦਿੱਤੀ ਹੈ। ਉਹ ਕਹਿੰਦਾ ਜੀ ਕਿ ਮੈਂ ਪਾਕਿਸਤਾਨ ਨੂੰ ਤਨਹਾ ਕਰ ਦੇਣਾ ਵਾ, ਐਡਾ ਤੂੰ ਮਦਾਰੀ, ਉਹਦੀ ਸ਼ਕਲ ਵੇਖ ਲਓ ਇੰਜ ਲੱਗਦਾ ਜਿਵੇਂ ਬਾਰਡਰ ਤੇ ਲਾਸ਼ ਪਈ ਹੁੰਦੀ। ਦੱਸੋ ਚਾਹ ਬਣਾਉਣ ਵਾਲਾ ਸਾਨੂੰ ਧਮਕੀਆਂ ਲਾ ਰਿਹਾ, ਅਸੀਂ ਤੇਰੇ ਕੱਪ ਨਾ ਭੰਨ ਦਈਏ। ਕੋਈ ਅਕਲ ਨੂੰ ਹੱਥ ਮਾਰ, ਜਿਸ ਦਿਨ ਸਾਨੂੰ ਉਬਾਲਾ ਆ ਗਿਆ ਨਾ ਅਸੀਂ ਤੋਪਾਂ 'ਚ ਛਿੱਤਰ ਭਰ ਕੇ ਮਾਰਨੇ ਆ। ਚੌਧਰੀ ਸਾਹਿਬ, ਮੋਦੀ ਆਪਣੀ ਆਵਾਮ ਨੂੰ ਖੁਸ਼ ਕਰਨ ਵਾਸਤੇ ਐਸੇ ਬਿਆਨ ਦੇ ਰਿਹਾ ਜਾਂ ਵਾਕਈ ਉਹ ਸੀਰੀਅਸ ਆ? ਕੋਈ ਉਹਦੀਆਂ ਗੱਲਾਂ ਸੀਰੀਅਸ ਨਹੀਂ ਲਈਦੀਆਂ, ਉਹਦੇ ਤੇ ਦਿਮਾਗ 'ਚ ਡੈਂਗੀ ਮੱਛਰ ਬੜਿਆ। ਉਹ ਤੇ ਰੋਟੀ ਖਾਂਦਾ ਹੋਵੇ ਬੁਰਕੀ ਨੱਕ 'ਚ ਪਾ ਲੈਂਦਾ ਤੇ ਪਾਣੀ ਪੀਣ ਦੀ ਬਜਾਏ ਜੇਬ 'ਚ ਪਾ ਲੈਂਦਾ। ਪਾਕਿਸਤਾਨ ਤੇ ਹਮਲਾ ਕਰਨਾ ਜਾਂ ਫਿਰ ਪਾਕਿਸਤਾਨ 'ਚ ਰੋਟੀ ਕਮਾਉਣਾ ਕੋਈ ਸੌਖਾ ਨਹੀਂ। ਦਰਅਸਲ ਮੋਦੀ ਜਿੰਨਾ ਆਪ ਪੁਰਾਣਾ ਉਹਦੇ ਨਾਲੋਂ ਜ਼ਿਆਦਾ ਪੁਰਾਣੀ ਉਹਦੀ ਸੋਚ ਆ। ਟੈਨਸ਼ਨ ਨਹੀਂ ਲੈਣੀ, ਇਹੋ ਜਿਹਾ ਬੰਦੇ ਤੇ ਪਕਾਨਾ ਪਾੜ ਜਾਏ ਘਰੋਂ 2 ਦਿਨ ਨਹੀਂ ਨਿਕਲਦੇ। ਮੀਆਂ ਸਾਹਿਬ ਦਾ ਦੌਰਾ ਚੈਨਾ ਟੁੱਟ ਪੈਣਾ ਮਤਲਬ ਬਹੁਤ ਹੀ ਕਾਮਯਾਬ ਹੋਇਆ ਹੈ, ਮੁਬਾਰਕ ਹੋਵੇ। ਕਾਹਦੀ ਮੁਬਾਰਕ, ਅਸਤੀਫਾ ਦੇਣ ਲੱਗੇ ਹੋ? ਬੇਟਾ ਜੀ, ਫਿੜੇ ਮੂੰਹ, ਚੈਨਾ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਬਹੁਤ ਜਲਦੀ ਅਸੀਂ ਤੁਹਾਨੂੰ ਹਕੂਮਤ ਤੋਂ ਲਾ ਦੇਵਾਂਗੇ। ਇਹ ਕਿਹਦੇ ਨਾਲ ਆਇਆ ਹੈ? ਇਹ ਬੜੀ ਆਸ ਉਮੀਦ ਨਾਲ ਆਇਆ ਹੈ। ਇਹਦੀ ਆਸ ਵਿੱਚ ਇਹ ਰਹਿ ਜਾਣੀ ਜਦੋਂ ਰੋਟੀ ਵੇਲੇ ਮੈਨੂੰ ਬਾਹਰ ਕੱਢਤਾ। ਆਮ ਸੋਰੀ। ਤੂੰ ਹੀ ਪਿੰਡੀ ਤੂੰ ਹੀ ਤੋਰੀ। ਮੈਂ ਦੌਰੇ ਦੀ ਗੱਲ ਕਰ ਰਿਹਾ ਸੀ, ਤੁਹਾਨੂੰ ਦੌਰਾ ਪੈ ਗਿਆ। ਚੀਨੀ ਵਜ਼ੀਰੇ ਆਜ਼ਮ ਮੀਆਂ ਸਾਹਿਬ ਦੇ ਲਾਗੇ ਵੀ ਨਹੀਂ ਬੈਠਾ ਹੋਣਾ। ਆਹੋ, ਪਰ ਤੂੰ ਮੇਰੇ ਲਾਗੇ ਬੈਠਾ ਇਹ ਨਾ ਭੁੱਲ। ਇੱਧਰਲੇ ਬੜੇ ਚੁੱਪ ਕਰਕੇ ਬੈਠੇ ਆ, ਏਸੀ ਬੰਦ ਕਰਵਾਉਣਾ ਪੈਣਾ। ਸਮਝ ਲਓ ਵੀ ਬਹੁਤ ਜਲਦੀ ਪਾਕਿਸਤਾਨ ਦੇ ਵਿੱਚ ਬਿਜਲੀ ਬਿਲਕੁਲ ਗਾਇਬ ਹੋ ਜਾਏਗੀ। ਇਹ ਤੇ ਨਹੀਂ ਪਤਾ, ਪਰ ਲੱਗਦਾ ਤੈਨੂੰ ਬਿਜਲੀ ਦਾ ਕਰੰਟ ਲਾ ਕੇ ਗਾਇਬ ਕਰਨਾ ਪੈਣਾ। ਕੀ ਹਾਲ ਹੈ ਜਨਾਬ? ਠੀਕ ਹੈ। ਮੈਨੂੰ ਇਜਾਜ਼ਤ ਦਿਓ, ਮੈਨੂੰ ਇੰਨੀ ਇਜਾਜ਼ਤ ਨਹੀਂ ਹੈਗੀ। ਇਜਾਜ਼ਤ ਹੈ? ਅੱਛਾ ਭੈਣ ਜੀ, ਇਜਾਜ਼ਤ ਚਾਹਨਾ ਵਾ। ਓ ਵੈਲਕਮ, ਮੇਰੀ ਚੀਨੀ ਦੀ ਬੋਰੀ ਆਈ। ਵੇਖ ਲਓ ਮੀਆਂ ਸਾਹਿਬ, ਸਿੱਧਾ ਹੀ ਆਇਆ। ਭਾਈ ਜਾਨ, ਜਹਾਜ਼ ਸਿੱਧਾ ਹੀ ਆਉਂਦਾ, ਹੋਰ ਗਲੀਆਂ 'ਚ ਆਉਂਦਾ। ਕੀ ਗੱਲ ਹੈ ਮੀਆਂ ਸਾਹਿਬ, ਇੰਨੇ ਬੰਦੇ ਆਏ ਆ, ਕਿਤੇ ਮੇਰੇ ਤੇ ਟਿਕਟ ਤੇ ਨਹੀਂ ਲਾਈ? ਉਹ ਇੱਥੇ ਦਰਅਸਲ ਹਕੂਮਤ ਦੇ ਬੰਦਿਆਂ ਤੇ ਲੋਕੀ ਯਕੀਨ ਘੱਟ ਕਰਦੇ ਆ, ਇਸ ਲਈ ਮੈਂ ਕਿਹਾ ਕਿ ਤੁਸੀਂ ਆਪ ਆ ਕੇ ਵੇਖ ਲਓ। ਮੇਰੀ ਮਿਸਿਸ ਨੇ ਜੀ। ਹਾਏ ਭਾਬੀ ਜੀ, ਕੀ ਗੱਲ ਹੈ ਭੈਣ, ਬੜਾ ਹਾਏ ਹਾਏ ਕਰ ਰਹੇ ਹੋ, ਜਹਾਜ਼ 'ਚ ਆਏ ਹੋ ਕਿ ਤੁਰ ਕੇ ਆਏ ਹੋ? ਤੁਸੀਂ ਸਾਰੇ ਬਹੁਤ ਜੁਗਤਾਂ ਮਾਰਦੇ ਹੋ। ਹਾਂਜੀ, ਸਾਨੂੰ ਵੀ ਤੇ ਬੰਦਾ ਕਦੀ ਕਦੀ ਲੱਭਦਾ ਜੀ। ਸਰ ਇਨਸੇ ਮਿਲੇ, ਯੇ ਹਮਾਰੇ ਵਜ਼ੀਰ ਹੈ, ਪਤਨੀ ਕੀ ਨਾਮ ਹੈ ਇਨਕਾ? ਹੈਲੋ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਐਸਨ ਇਕਬਾਲ ਆ ਜੀ, ਤੇ ਮੈਂ ਬਸ ਯਾਰ ਇਹਨਾਂ ਨਹੀਂ ਤਾਰਫ ਕਰਾਈਦਾ ਹੁੰਦਾ। ਉਹ ਦੱਸੋ ਯਾਰ, ਹੋਰ ਕਿਹੜਾ ਰਹਿ ਗਿਆ ਵਾ? ਰਹਿਣ ਦਿਓ ਮੀਆਂ ਸਾਹਿਬ, ਮੈਨੂੰ ਸਾਰੇ ਬੰਦੇ ਇੱਕੋ ਜਿਹੇ ਨਜ਼ਰ ਆ ਰਹੇ ਨੇ। ਅੰਕਲ ਜੀ। ਹਾਂ ਬੇਟਾ। ਅੰਕਲ ਐ ਪੋਲ ਲੈ ਲਓ ਤੇ ਮਿਹਰਬਾਨੀ ਕਰਕੇ ਸਾਡੇ ਮੁਲਕ ਦੀ ਬਿਜਲੀ ਪੂਰੀ ਕਰ ਦਿਓ।